वाहिगुरु जी का खालसा वाहिगुरु जी की फतेह। होंद दे नाल तुसी जुड़ चुके हो। जिवें कुछ दिन पहला आपां वेख्या सी पंजाब दे विच भाई अमृतपाल सिंह होना दे वल्लों इह कहा गया सीगा कि गुरु घरां दे विच दरबार साहिब दे अंदर तुसी सैटियां ते कुर्सियां नहीं रख सकदे। उन्हां ने अपने विचारां दे अनुसार इह गल कही ते जिहड़ा पंजाब दे बहुत सारे गुरुद्वारिआं दे विचों जिहड़ीआं सैटियां ते कुर्सियां बाहर कढ़िया गईआं ने, उत्ते जेकर जम्मू कश्मीर की गल की जाए तो जम्मू दे भी बहुत सारे गुरुद्वारा साहिब दे विचों सैटियां ते कुर्सियां ने जिहड़ीआं चुकवाईआं गईआं ने। इस समय असीं डिगियाना कैंप दे गुरुद्वारा साहिब दे बाहर खड़े होए हां। उत्तों दे प्रधान साहब ने साडे नाल, बीबियां भी ने, क्योंकि खास तौर दे उत्ते इही कहा जा रहा है कि बीबियां नूं ज्यादा दिक्कत हुंदी है गोड्यां दी, लेकिन इत्थों दीआं बीबियां दा भी इही कहना है कि सानूं कोई परेशानी नहीं। जेकर असीं हेठां बैठ के लंगर छक सकदे हां, प्रशादा पाणी छक सकदे हां, तां सानूं हेठां बैठण दे विच वी कोई दिक्कत नहीं। असीं गुरु साहिब तों कुर्सियां नहीं मंगांगे, असीं गोडे ठीक मंगांगे जदों असीं चल के इत्थे आ सकदे। इत्थों दीआं बीबियां दा इह कहना है। तां साडे नाल पहलां माता जी ने, ਉਹਨਾਂ ਦੇ ਕੋਲੋਂ ਸੁਣਦੇ ਆ, ਮਾਤਾ ਜੀ ਤੁਹਾਡੇ ਗੁਰਦੁਆਰਾ ਸਾਹਿਬ ਵਿਖੇ ਕੁਰਸੀਆਂ ਤੇ ਸੈਟੀਆਂ ਚੁਕਵਾ ਦਿੱਤੀਆਂ ਗਈਆਂ, ਲੇਕਿਨ ਅਸੀਂ ਬਾਹਰੋਂ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਵੇਖੀਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਬਜ਼ੁਰਗਾਂ ਨੂੰ ਦਿੱਕਤ ਆਉਂਦੀ। ਤੁਸੀਂ ਵੀ ਤਾਂ ਬਜ਼ੁਰਗ ਹੀ ਹੋ, ਤੁਹਾਨੂੰ ਕੋਈ ਪਰੇਸ਼ਾਨੀ ਹੋਈ ਕਿ ਗੁਰਦੁਆਰਾ ਸਾਹਿਬ ਵਿਖੇ ਹੋਇਆ? ਸਾਨੂੰ ਕੋਈ ਪਰੇਸ਼ਾਨੀ ਨਹੀਂ, ਹੇਠਾਂ ਬਹਿ ਜਾਓਗੇ? ਹਾਂਜੀ ਬੈਠ ਜਾਵਾਂਗੇ। ਹੋਰ ਵੀ ਬਜ਼ੁਰਗ ਮਾਤਾਵਾਂ ਹੈਗੀਆਂ, ਆਂਟੀ ਤੁਹਾਨੂੰ ਕੋਈ ਦਿੱਕਤ ਤੇ ਨਹੀਂ ਹੈ? ਨਾ ਨਾ, ਸਾਨੂੰ ਕੋਈ ਦਿੱਕਤ ਨਹੀਂ, ਸਾਡੇ ਗੋਡੇ ਠੀਕ ਹੋ ਜਾਣਗੇ, ਅਸੀਂ ਥੱਲੇ ਬੈਠਾਂਗੇ ਸਾਡੇ ਗੋਡੇ ਠੀਕ ਹੋ ਜਾਣਗੇ। ਕਹਿੰਦੇ ਨੇ ਕਿ ਤੁਸੀਂ ਮਾਤਾਵਾਂ ਦੇ ਨਾਲ ਕੁਰਸੀਆਂ ਬਾਹਰ ਕੱਢ ਕੇ ਗਲਤ ਕੀਤਾ? ਨਾ ਨਾ ਨਾ, ਬੜਾ ਸੋਹਣਾ ਕੀਤਾ, ਬੜਾ ਚੰਗੇ ਕੀਤੇ ਨੇ। ਅੱਛਾ ਕੀਤਾ? ਹਾਂ ਅੱਛਾ ਕੀਤਾ, ਸਭ ਤੋਂ ਅੱਛਾ ਕੀਤਾ। ਅਸੀਂ ਸਾਨੂੰ ਆਖਦੇ ਹਾਂ ਗੁਰਦੁਆਰੇ ਸਾਹਿਬ ਆ ਕੇ ਥੱਲੇ ਝੁੱਕ ਕੇ ਬਹਿ, ਗੋਡਿਆਂ ਨੂੰ ਠੀਕ ਹੋ ਜਾਣ, ਗੋਡੇ ਸਭ ਕੁਝ ਠੀਕ ਹੋ ਜਾਵੇ, ਅਸੀਂ ਨਹੀਂ ਬਹਿ ਸਕਦੇ। ਅਸੀਂ ਬਸ ਉਸੇ ਆਦਤ ਦੇ ਵਿੱਚ ਆ ਕੇ ਅਸੀਂ ਉਸੇ ਘਰ ਆ ਕੇ ਬਸ ਥੱਲੇ ਬਹਿ ਸਕਦੇ ਹਾਂ ਅਸੀਂ, ਔਰ ਉਸ ਤੋਂ ਉੱਪਰ ਨਾ ਹੋ ਸਕਦੇ ਅਸੀਂ ਕੁਝ। ਜੀ ਬਸ ਹਾਂ, ਅਸੀਂ ਇਹ ਖੁਸ਼ੀਆਂ ਚਾਹੁੰਦੇ ਹਾਂ। ਜੀ ਸਾਡੇ ਨਾਲ ਮਾਤਾ ਜੀ ਨੇ, ਵਾਹਿਗੁਰੂ ਜੀ ਕਾ ਖਾਲਸਾ ਪੰਥ ਜੀ। ਮਾਤਾ ਜੀ ਸੈਟੀਆਂ ਕੁਰਸੀਆਂ ਚੱਕਦੀਆਂ ਤੁਹਾਡੇ ਗੁਰਦੁਆਰਾ ਸਾਹਿਬ ਚੋਂ, ਤੁਹਾਨੂੰ ਪ੍ਰਧਾਨ ਸਾਹਿਬ ਤੇ ਗੁੱਸਾ ਤਾਂ ਨਹੀਂ? ਨਹੀਂ ਨਹੀਂ, ਸਾਨੂੰ ਕੋਈ ਗੁੱਸਾ ਨਹੀਂ ਹੈ, ਅਸੀਂ ਬਿਲਕੁਲ ਠੀਕ ਹਾਂ। ਨਹੀਂ ਫਿਰ ਬਾਅਦ ਚ ਇਹ ਤਾਂ ਨਹੀਂ ਕਹੋਗੇ ਪ੍ਰਧਾਨ ਸਾਹਿਬ ਨੂੰ ਵੀ ਤੁਸੀਂ ਕਿਹੜਾ ਸਭ ਕੁਝ? ਨਹੀਂ ਸਾਨੂੰ ਕੋਈ ਕਿਸੇ ਤੇ ਕੋਈ ਪ੍ਰੋਬਲਮ ਨਹੀਂ, ਅਸੀਂ ਠੀਕ ਹਾਂ, ਬਹੁਤ ਅੱਛਾ ਕੀਤਾ ਜੀ। ਮਤਲਬ ਉਹ ਕਹਿੰਦੇ ਨੇ ਗੁਰਦੁਆਰਾ ਸਾਹਿਬ ਕਿ ਆ ਕੇ ਜੇਕਰ ਤੁਸੀਂ ਤੰਦਰੁਸਤੀ ਦਾ ਦਾਨ ਬਖਸ਼ੋ ਤਾਂ ਤੁਹਾਡੇ ਗੋਡੇ ਠੀਕ ਹੋਣਗੇ। ਜੋੜੇ ਠੀਕ ਹੋਣਗੇ ਸਾਡੇ, ਅਸੀਂ ਵਾਹਿਗੁਰੂ ਕੋਲ ਗੋਡੇ ਮੰਗਦੇ ਆ, ਅਸੀਂ ਕੁਰਸੀਆਂ ਨਹੀਂ ਮੰਗਦੇ ਦੀਆਂ ਜੀ, ਅਸੀਂ ਕਹਿੰਦੇ ਗੋਡੇ ਦਿਓ, ਗੋਡੇ ਹਾਂ ਕਿ ਜੇ ਮਾਤਾ ਗੁਰਦੁਆਰਾ ਸਾਹਿਬ ਦੀਆਂ ਮਾਤਾਵਾਂ ਨੇ ਇਸ ਸਮੇਂ ਸਾਰਾ ਹੀ ਇਹਨਾਂ ਦਾ ਜਿਵੇਂ ਪਿੰਡ ਕਹਿ ਸਕਦੇ ਇੱਕ ਏਰੀਆ ਉਹ ਸਾਰੀ ਇੱਥੇ ਮੌਜੂਦ ਹੈਗੇ। ਮਾਤਾਵਾਂ ਨੇ ਜਕਾਰੇ ਦੇ ਨਾਲ ਹਾਮੀ ਭਰੀ ਆ ਵੀ ਭਾਈ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਗੀ ਕਿ ਜੇਕਰ ਇੱਥੋਂ ਕੁਰਸੀਆਂ ਸੈਟੀਆਂ ਚੁਕਵਾਈਆਂ ਗਈਆਂ ਨੇ, ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਆਪਾਂ ਦੇਖ ਰਹੇ ਹਾਂ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਲੇਕਿਨ ਇੱਥੋਂ ਦੇ ਪ੍ਰਧਾਨ ਸਾਹਿਬ ਨੇ, ਇੱਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਇਹਨਾਂ ਮਾਤਾਵਾਂ ਦੀ ਸਹਿਮਤੀ ਦੇ ਨਾਲ ਹੀ ਇਹ ਕਦਮ ਹੈ ਜਿਹੜਾ ਚੁੱਕਿਆ। ਪ੍ਰਧਾਨ ਸਾਹਿਬ ਕੋਲੋਂ ਜਾਣਦੇ ਆ, ਪ੍ਰਧਾਨ ਸਾਹਿਬ ਕੋਈ ਕੱਲ ਨੂੰ ਆ ਕੇ ਤੁਹਾਨੂੰ ਕਵੇਗਾ ਤਾਂ ਨਹੀਂ ਗਾ ਵੀ ਤੁਸੀਂ ਕੁਰਸੀਆਂ ਕਿਉਂ ਚੁਕਾ ਦਿੱਤੀਆਂ? ਨਹੀਂ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਾਤਾਵਾਂ ਦੇ ਸ੍ਰੀ ਸਾਧ ਸਭਾ ਦੇ ਕਹਿਣ ਤੇ, ਨੌਜਵਾਨ ਸਭਾ ਮੇਰੇ ਵੀਰਾਂ ਦੇ ਕਹਿਣ ਤੇ, ਬਜ਼ੁਰਗਾਂ ਦੇ ਕਹਿਣ ਤੇ ਅਸੀਂ ਸੈਟੀਆਂ, ਉਹਨਾਂ ਨੇ ਕਿਹਾ ਬੜੀ ਅੱਛੀ ਗੱਲ ਕੀਤੀ ਸੀ, ਅਸੀਂ ਮਾਰੇ ਤੋਂ ਉੱਚੇ ਨਹੀਂ ਬੈਠ ਸਕਦੇ, ਹਮੇਸ਼ਾ ਨੀਵੇਂ ਹੀ ਬੈਠਣਾ ਚਾਹੀਦਾ, ਤੇ ਅਸੀਂ ਬੈਠ ਕੇ ਘਰੋਂ ਚੱਲ ਕੇ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਹਾਂ ਤੇ ਬੈਠ ਕੇ ਥੱਲੇ ਲੰਗਰ ਛੱਡ ਸਕਦੇ ਹਾਂ ਤੇ ਮਾਰੇ ਦੀ ਜੂਰੀ ਚ ਅਸੀਂ ਆਰਾਮ ਨਾਲ ਬੈਠ ਸਕਦੇ ਹਾਂ ਕੋਈ ਇਹਦੇ। ਤੇ ਜਿਹੜੇ ਮਾਤਾਵਾਂ ਕਈ ਵਾਰੀ ਸੈਟੀ, ਦੇਖੋ ਸਾਡਾ ਲਾਲਚੀ ਮਾਣਾ ਕੋਈ ਚੀਜ਼ ਸਾਹਮਣੇ ਦੇਸੀ ਅਸੀਂ ਤਾਂ ਉਹਦੇ ਤੇ ਬਵਾਂਗੇ ਨਾ, ਤੇ ਜੇਕਰ ਜਿਹੜੀਆਂ ਮਾਤਾਵਾਂ ਬਹਿੰਦੇ ਸਨ ਉਹ ਵੀ ਹੁਣ ਨੀਚੇ ਹੀ ਬੈਠ, ਬਿਲਕੁਲ ਨੀਚੇ ਬੈਠਦੀ ਜਿਹੜੀਆਂ ਉਹ ਵੀ ਬੈਠ ਜਾਣ, ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਬੜਾ ਅੱਛਾ ਕੀਤਾ ਤੁਸੀਂ, ਸਾਰੇ ਪੂਰੀ ਸੰਗਤ ਸੰਯੋਗ ਨਾਲ ਅਸੀਂ ਸੈਟਿੰਗ ਚੁੱਕੀ, ਸਾਰੇ ਪੂਰੇ ਨੌਜਵਾਨ ਵੀਰ ਸੰਯੋਗ ਨਾਲ ਬਜ਼ੁਰਗਾਂ ਸਾਰਿਆਂ ਨੇ ਸਿੱਖਿਆ, ਸਾਡੇ ਇੱਕ ਬਜ਼ੁਰਗ ਜਿਹੜੇ ਬੈਠਦੇ ਨਹੀਂ ਸਨ ਉਹ ਵੀ ਥੱਲੇ ਸੈਟੀ ਸੀ, ਉੱਥੇ ਬੈਠਦੇ ਰਹਿੰਦੇ, ਕੋਈ ਅਸੀਂ ਬੜੇ ਮਿਹਰ ਖਾਈਏ ਕਹਿੰਦੇ ਨੇ ਜੀ, ਬਹੁਤ ਅੱਛਾ ਕੀਤਾ ਸੀ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੀ, ਉਹਨਾਂ ਦੇ ਅਸੀਂ ਕਦਮਾਂ ਦੇ ਉਹਨਾਂ ਦੇ ਕਹਿਣ ਤੇ ਅਸੀਂ ਇਹ ਜੀ। ਪ੍ਰਧਾਨ ਸਾਹਿਬ ਨੇ ਕਿਹਾ ਕਿ ਮੈਂ ਪੁੱਛਿਆ ਵੀ ਭਾਈ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਰਖਾਈਏ, ਤਾਂ ਸੰਗਤ ਨੇ ਕਿਹਾ ਬਜ਼ੁਰਗ ਮਾਤਾਵਾਂ ਬਾਪੂ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਸੈਟੀਆਂ ਕੁਰਸੀਆਂ ਰਹਿਣ ਦਿਓ। ਸਾਡੇ ਨਾਲ ਵੀਰ ਜੀ ਹੋਣੀ ਨੇ ਜੀ, ਵੀਰ ਜੀ ਤੁਸੀਂ ਵੀ ਅਕਸਰ ਹੀ ਆਪਦੇ ਜਿਹੜੇ ਵਿਚਾਰਾਂ ਦੇ ਨਾਲ ਸੰਗਤ ਦੇ ਵਿਚਾਰ ਜਿਹੜੇ ਸਾਂਝੇ ਕਰਦੇ ਰਹਿੰਦੇ ਹੋ, ਤਾਂ ਤੁਹਾਡਾ ਵੀ ਬਹੁਤ ਅਹਿਮ ਰੋਲ ਰਹਿੰਦਾ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਦੇ ਵਿੱਚ, ਕੀ ਕਹੋਗੇ ਜਿਹੜਾ ਇਹ ਇੱਕ ਤੁਹਾਡੇ ਡਿਗਿਆਨਾ ਗੁਰਦੁਆਰਾ ਕੈਂਪ ਵਿਖੇ ਇਹ ਜਿਹੜਾ ਸੈਟੀਆਂ ਕੁਰਸੀਆਂ ਚੁਕਾਈਆਂ ਗਈਆਂ, ਕਿਉਂਕਿ ਕੋਈ ਵੀ ਫੈਸਲਾ ਜੋ ਲੈਣਾ ਹੁੰਦਾ ਸੰਗਤ ਦੀ ਸਹਿਮਤੀ ਬਹੁਤ ਜ਼ਰੂਰੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨਾ ਕਹਿੰਦੇ ਨੇ
ਅਸੀਂ ਤੁਸੀਂ ਸੁਣਦੇ ਹੋ ਮੰਜੀ ਸਾਹਿਬ ਤੋਂ ਉਹਨਾਂ ਨੇ ਗਿਆਨੀ ਕੀ ਨਾਂ ਉਹਨਾਂ ਦਾ ਮੈਨੂੰ ਨਾਂ ਭੁੱਲ ਗਿਆ ਗਿਆਨੀ ਹੋਰਾਂ ਨੇ ਕਿਹਾ ਸੀ ਕਿ ਅੱਜ ਤੋਂ ਗਿਆਨੀ ਹੋਰਾਂ ਨੇ ਕਿਹਾ ਸੀ ਅੱਜ ਤੋਂ 10 ਸਾਲ ਪਹਿਲਾਂ ਵੀ ਉਹ ਕਹਿੰਦੇ ਸਨ ਕਿ ਜਿਹੜਾ ਬੰਦਾ ਗੁਰੂ ਮਹਾਰਾਜ ਦਾ ਸ਼ਰੀਕ ਬਣ ਕੇ ਗੁਰੂ ਘਰ ਚ ਬਹਿੰਦਾ ਉਹਦੀ ਪ੍ਰਵਾਨਗੀ ਨਹੀਂ ਹੁੰਦੀ ਆਪਾਂ ਗੁਰੂ ਮਹਾਰਾਜ ਦੇ ਸ਼ਰੀਕ ਨਹੀਂ ਬਣਨਾ ਆਪਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਆਉਂਦੇ ਹਾਂ ਅਸੀਂ ਗੁਰੂ ਮਹਾਰਾਜ ਦੇ ਸ਼ਰੀਕ ਬਣ ਕੇ ਬਹਿ ਜਾਈਏ ਭਾਈ ਜਸਵੰਤ ਸਿੰਘ ਜੀ ਔਰ ਆਪਣੇ ਮੰਜੀ ਸਾਹਿਬ ਤੋਂ ਬੋਲਦੇ ਸਨ ਉਹਨਾਂ ਨੇ ਇੱਕ ਵਾਰੀ ਨਹੀਂ ਬੋਲਿਆ ਉਹਨਾਂ ਨੇ 50 ਵਾਰੀ ਬੋਲਿਆ ਹਰ ਸਟੇਜ ਤੇ ਬੋਲਦੇ ਸਨ ਅਸੀਂ ਉਹਨਾਂ ਨੂੰ ਫਾਲੋ ਕਰਦੇ ਹਾਂ ਜਿਹੜੇ ਪੰਥ ਨਾਲ ਚੱਲਦੇ ਨੇ ਉਹ ਪੰਥ ਦਰਦੀ ਹਨ ਜਿਹੜੇ ਪੰਥ ਦਰਦੀ ਨੇ ਅਸੀਂ ਉਹਨਾਂ ਦੇ ਦਰਦੀ ਹਾਂ ਅਸੀਂ ਉਹਨਾਂ ਦੇ ਕਹਿਣ ਤੇ ਚੱਲਣਾ ਅਸੀਂ ਗੁਰੂ ਮਹਾਰਾਜ ਦੇ ਸ਼ਰੀਕ ਨਹੀਂ ਬਣਨਾ ਜਿਹੜੇ ਅਸੀਂ ਗੁਰੂ ਮਹਾਰਾਜ ਦੇ ਸ਼ਰੀਕ ਬਣ ਗਏ ਫਿਰ ਗੁਰਦੁਆਰੇ ਆਉਣ ਦਾ ਕੋਈ ਫਰਕ ਨਹੀਂ ਫਾਇਦਾ ਨਹੀਂ ਹੈ ਇੰਨੀ ਗੱਲਾਂ ਕਹਿ ਕੇ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਇੱਥੋਂ ਦੀ ਜਿਹੜੀ ਸੰਗਤ ਦੇ ਏਕੇ ਦੇ ਲਈ ਆਪਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਂਦ ਦੇ ਨਾਲ ਤੁਸੀਂ ਜੁੜ ਚੁੱਕੇ ਹੋ